ਅਸਲਾਮ ਵਾਲੇਕੁਮ ਜੀ ਨਾਜ਼ਰੀਨ, ਕੀ ਹਾਲ ਚਾਲ ਹੈ ਤਮਾਮ ਦੋਸਤਾਂ ਦਾ। ਮੈਂ ਤੁਹਾਡਾ ਸਚਿਨ ਦੇ ਮਿੱਤਰ ਅਰਬਾਜ਼ ਸਾਦਿਕ, ਅਤੇ ਅੱਜ ਅਸੀਂ ਬਹੁਤ ਹੀ ਨਾਈਸ ਪਰਸਨੈਲਿਟੀ ਕੋ ਮੌਜੂਦ ਹਾਂ, ਉਸਤਾਦ ਡਾਕਟਰ ਜਵੇਦ ਅਖਤਰ ਸਾਹਿਬ ਕੋ, ਜੋ ਕਿ ਉਸਤਾਦ ਸਲੀਮ ਖਾਨ ਸਾਹਿਬ ਦੇ ਮੋਸਟ ਸੀਨੀਅਰ ਸ਼ਾਗਿਰਦ ਨੇ ਔਰ ਬੜੇ ਰੂਹ ਰਵਾਨ ਨੇ ਉਹਨਾਂ ਦੇ। ਉਹਨਾਂ ਦੇ ਨਾਲ ਬੜੀ ਮੁਹੱਬਤ ਰੱਖਦੇ ਨੇ, ਸਾਡੇ ਨਾਲ ਬਹੁਤ ਮੁਹੱਬਤ ਰੱਖਦੇ ਨੇ। ਅਸੀਂ ਇਹਨਾਂ ਦੇ ਮਸ਼ਕੂਰ ਹੈਗੇ ਹਾਂ, ਇਹਨਾਂ ਦੀ ਮੁਹੱਬਤ ਦੇ ਸ਼ੁਕਰਗੁਜ਼ਾਰ ਹਾਂ। ਅਤੇ ਇਹਨਾਂ ਨਾਲ ਜਦੋਂ ਵੀ ਮਿਲੇ ਹਾਂ, ਬਹੁਤ ਹੀ ਆਪਣੇਪਨ ਨਾਲ ਮਿਲਦੇ ਨੇ, ਬੜਾ ਬੜਾ ਭਰਾ ਬਰਾਦਰਾਨਾ ਬੜਾ ਭਰਾਵਾਂ ਵਾਲਾ ਤਲੁਕ ਇਹਨਾਂ ਨਾਲ ਬਣ ਚੁੱਕਿਆ। ਅਤੇ ਅਸੀਂ ਇਸੇ ਇਲਾਕੇ 'ਚ ਅੱਜ ਆਏ ਹੋਏ ਸੀ, ਅਤੇ ਅਸੀਂ ਕਿਹਾ ਚਲੋ ਸਾਡੇ ਭਰਾ ਜਿਹੜੇ ਹੈਗੇ ਨੇ ਉਸਤਾਦ ਡਾਕਟਰ ਜਵੇਦ ਸਾਹਿਬ, ਉਹਨਾਂ ਦੇ ਕਬੂਤਰਾਂ ਦਾ ਵੀ ਚੰਦ ਇੱਕ ਅਸੀਂ ਬਹੁਤ ਛੋਟੀ ਜਿਹੀ ਵੀਡੀਓ ਬਣਾਵਾਂਗੇ, ਚੰਦ ਇੱਕ ਕਬੂਤਰਾਂ ਦਾ ਸ਼ੌਕ ਕਰਾਂਗੇ, ਥੋੜ੍ਹੀ ਗੁਫ਼ਤਗੂ ਕਰਾਂਗੇ। ਅਤੇ ਚੱਲੀਏ ਹੁਣ ਉਸਤਾਦ ਨਾਲ ਤਾਂ ਗੁਫ਼ਤਗੂ ਦਾ ਤਰਸਾ ਸ਼ੁਰੂ। ਅਸਲਾਮ ਅਲੈਕੁਮ, ਥੋੜ੍ਹਾ ਜਿਹਾ ਤੁਸੀਂ ਉੱਚੀ ਬੋਲਣਾ, ਮੈਂ ਮਾਈਕ ਨਹੀਂ ਚਲਾਇਆ ਆ। ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ? ਕੈਸੀ ਚੱਲ ਰਹੀ ਕਬੂਤਰ ਬਾਜ਼ੀ? ਕੀ ਅੱਸੂ ਦੀ? ਚਲੋ ਵਿਸਾਖ ਤਾਂ ਤੁਸੀਂ ਨਹੀਂ ਡਾਇਆ, ਅੱਸੂ ਤੋਂ ਅੱਗੋਂ ਕੀ ਪਲੈਨਿੰਗਸ ਹੈਗੀਆਂ ਨੇ? ਇਨਸ਼ਾਅੱਲਾ ਤਾਲਾ, ਅੱਲਾ ਦੇ ਫਜ਼ਲ ਨਾਲ ਅੱਸੂ ਦੀ ਤਿਆਰੀ ਆਪਣੀ ਜਾਰੀ ਹੈ। ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਅੱਸੂ ਉੜਾਵਾਂਗੇ, ਅਤੇ ਉਮੀਦ ਹੈ ਕਿ ਤੁਹਾਨੂੰ ਅੱਛਾ ਸ਼ੌਕ ਵੇਖਣ ਨੂੰ ਮਿਲੇ। ਅਤੇ ਇਲਾਕਾਈ ਲੈਵਲ 'ਤੇ ਕਬੂਤਰ ਡਾਓਗੇ ਜਾਂ ਫਿਰ ਲੋਰ ਲੈਵਲ 'ਤੇ ਵੀ? ਨਹੀਂ, ਫਿਲਹਾਲ ਤਾਂ ਇਲਾਕਾਈ ਲੈਵਲ 'ਤੇ ਉਡਾਵਾਂਗੇ, ਕਿਉਂਕਿ ਘਰ ਦੇ ਵਿੱਚ ਕਬੂਤਰਬਾਜ਼ੀ ਕਰਨਾ ਮੁਸ਼ਕਿਲ ਹੈ ਜ਼ਰਾ। ਛੱਤ ਆਪਾਂ ਜ਼ਮੀਨ ਬਾਹਰ ਬਣਾਉਣ ਲਈ ਉੱਥੇ ਇਨਸ਼ਾਅੱਲਾ ਬਣਾ ਕੇ ਫਿਰ ਲੋਰ ਲੈਵਲ 'ਤੇ ਇਨਸ਼ਾਅੱਲਾ ਸ਼ੌਕ ਕਰਾਂਗੇ। ਲੋ ਜੀ ਦੋਸਤੋ, ਇਹਨਾਂ ਕੋਲ ਨਾ ਬਹੁਤ ਅੱਛੇ ਮਿੱਸੇ ਕਬੂਤਰ, ਛੱਪੜੇ ਕਬੂਤਰ, ਤੈੜੀ ਕਬੂਤਰ ਅਤੇ ਲਾਲ ਅੱਖਾਂ ਵਾਲੇ ਦੋ ਕੋਈ ਪੀਸ ਨੇ। ਬਹੁਤ ਅੱਛੇ ਲੈਵਲ ਦੇ ਆ ਕਬੂਤਰ, ਵੈਲ ਮੇਨਟੇਨ ਕਬੂਤਰ ਇਹਨਾਂ ਕੋਲ ਅਸਲ ਹਾਲਤਾਂ 'ਚ ਪਏ ਨੇ। ਅਤੇ ਅਸੀਂ ਚਾਹਿਆ ਕਿ ਤੁਹਾਨੂੰ ਸ਼ੌਕ ਕਰਵਾਇਆ ਜੇ। ਅਤੇ ਸਭ ਤੋਂ ਪਹਿਲੇ ਮੇਰੇ ਹੱਥ 'ਚ ਇੱਕ ਮਿੱਸਾ ਕਬੂਤਰ ਹੈ, ਔਰ ਮਿੱਸੇ ਉਹ ਕਬੂਤਰ ਹੋਏ ਨੇ ਜਿਨ੍ਹਾਂ ਨੇ ਤਰੀਕ ਰਕਮ ਕੀਤੀ ਹੈ, ਔਰ ਇਹਦਾ ਤੁਹਾਨੂੰ ਹੁਣ ਪਹਿਲੇ ਸ਼ੌਕ ਕਰਵਾਈਏ। ਲੋ ਜੀ ਦੋਸਤੋ, ਇਹਨਾਂ ਨੂੰ ਤੁਸੀਂ ਆਪਣੇ ਕੋਲ ਕੋਈ ਨਾਂ ਦਿੱਤਾ ਹੋਇਆ? ਅਸੀਂ ਇਹਨਾਂ ਨੂੰ ਲਾਲ ਪਰੀ ਕਹਿੰਦੇ ਹਾਂ, ਬਲਡੋਜ਼ਰ। ਬਲਡੋਜ਼ਰ ਵੀ ਕਹਿੰਦੇ ਹੋ? ਅਤੇ ਇਹ ਆਪਣੇ ਲਾਲ ਪਰੀ ਮਸ਼ਹੂਰ ਕਬੂਤਰ ਨੇ, ਜਿਹੜੇ ਜਿਨ੍ਹਾਂ ਦੇ ਇਹਨਾਂ ਦੇ ਬੱਚੇ 7-7 ਵਜੇ ਤੱਕ ਬੈਠੇ ਹੋਏ ਨੇ, ਬੈਠੇ ਹੋਏ ਰਿਕਾਰਡ ਬੈਠੇ ਹੋਏ ਨੇ ਮੋਰਾ ਲਵਾ ਮੋਰਾ ਲਵਾ। ਵਾਹ! ਆਪਣਾ ਸ਼ੇਰ ਦੇ ਰੱਖਾ ਦੋਧੀ, ਉਹਦੇ ਛਾਤੇ ਦਾ ਬੱਚਾ 7:05 ਤੱਕ ਬੈਠਾ ਹੋਇਆ। ਵਾਹ! ਐਸੇ ਕਬੂਤਰ। ਅੱਛਾ, ਮਿੱਸੇ ਜਿਹੜੇ ਕਬੂਤਰ ਹੋਏ ਨੇ, ਮੈਂ ਜਿੰਨੇ ਵੀ ਅੱਜ ਤੱਕਰ ਮਿੱਸੇ ਪਿਓਰ ਵੇਖੇ ਨੇ, ਉਹ ਬਿਲਕੁਲ ਹੀ ਵੇਟਲੈਸ ਕਬੂਤਰ ਹੋਏ ਨੇ। ਕੋਈ ਉਹਨਾਂ 'ਤੇ ਐਡਾ ਖਾਸ ਮਾਸ ਬੋਸੀ ਬੋਟੀ ਨਹੀਂ ਹੁੰਦੀ, ਲੰਬਾਈ ਚੜਾਈ ਵੀ ਘੱਟ, ਲੰਬਾਈ ਚੜਾਈ ਵੀ ਘੱਟ ਹੋਏਗੀ। ਬੜੇ ਮੀਡੀਅਮ ਸਾਈਜ਼ ਕਬੂਤਰ ਨੇ, ਲੰਬੇ ਨਿਕਲਦੇ ਨੇ, ਚੌੜੇ ਚੂੜੇ ਨਹੀਂ ਐਡੇ ਹੁੰਦੇ। ਹਾਂਜੀ। ਇਹਨਾਂ ਨੂੰ ਜੇ ਕਰੋਸ ਦਿੱਤਾ ਤਾਂ ਕਿਹੜੇ ਕਬੂਤਰਾਂ ਦਿੱਤਾ? ਥੋੜ੍ਹੇ ਭਾਰੇ ਵਜੂਦ ਵਾਲਿਆਂ ਨੂੰ? ਹਾਂ, ਭਾਰੇ ਵਜੂਦ, ਥੋੜ੍ਹਾ ਕਰੋਸ ਕਰੋਗੇ ਤਾਂ ਬਹੁਤ ਅੱਛੇ ਬੱਚੇ ਜਿਹੜੇ ਨੇ ਨਾ, ਅਸੀਂ ਤਾਂ ਖਾਸ ਕਰਕੇ ਪਿਓਰ ਹੀ ਉਡਾਉਣੇ ਬੱਚੇ ਵੀ ਜਿਹੜੇ ਇਹਨਾਂ ਦੇ। ਅਸਲ 'ਚ ਕੋਸ਼ਿਸ਼ ਇਹੋ ਹੀ ਕਰੀ ਦੀ ਵੀ ਅਸੀਂ ਕਰਾਸ ਹਾਲੇ ਤੱਕ ਇਹਨੂੰ ਲਾਇਆ ਹੀ ਨਹੀਂ ਕਬੂਤਰ, ਸਾਡਾ ਦਿਲ ਨਹੀਂ ਭਰਦਾ ਇਹਨਾਂ ਦੀ ਬਰੀਡ ਲੈ ਕੇ, ਨਾ ਸਾਡਾ ਦਿਲ ਭਰਦਾ ਹੀ ਨਹੀਂ ਨਾ, ਵੀ ਕੋਸ਼ਿਸ਼ ਕਰੀ ਦੀ ਵੀ ਅੱਛਾ ਬਲੱਡ ਜਿਹੜਾ ਨਾ ਉਹ ਹੀ ਉੱਡਦਾ, ਅਤੇ ਪਿਓਰ ਨੂੰ ਅਸੀਂ ਤਰਜੀਹ ਦਿੰਦੇ ਕਿ ਪਿਓਰ ਕਬੂਤਰ ਜਿਹੜਾ ਨਾ ਉਹਨੂੰ ਉਡਾਇਆ ਜਾਵੇ, ਪਿਓਰ ਆਪਣੀ ਅਸਲ ਹਾਲਤ 'ਚ। ਹਾਂਜੀ, ਇਹ ਦੇਖੋ ਹੁਣ ਇਹ ਪੱਠੀ ਸਪੈਸ਼ਲ ਇਹਦੇ ਵਾਸਤੇ ਲਾ ਕੇ, ਸਪੈਸ਼ਲ ਕਬੂਤਰ ਉਡਾਉਣ ਬੱਚੇ ਉਡਾਉਣ ਵਾਸਤੇ ਮਾਦੀ ਲੈਂਦੀ ਹੈ, ਅਤੇ ਇਨਸ਼ਾਅੱਲਾ ਇਸ ਤਰ੍ਹਾਂ ਪਿਓਰ ਉਡਾਉਣੇ। ਇਹ ਤੁਹਾਡੇ ਕੋਲ ਆਪ ਵੀ 4-5 ਸਾਲ ਉੱਡਿਆ? ਇਹ 4 ਸਾਲ ਲਗਾਤਾਰ ਉੱਡਿਆ। ਔਰ ਤੁਹਾਡੀ ਇਨੀਸ਼ੀਅਲ ਸਟੇਜ 'ਤੇ ਜਦੋਂ ਸ਼ੁਰੂਆਤ ਸੀ ਉਦੋਂ ਤੁਹਾਡੇ? ਹਾਂ, ਬੱਚਾ ਜਦੋਂ ਮੈਂ ਲਿਆਂਦਾ, ਖਰੀਦ ਕੇ ਲਿਆਂਦਾ ਸੀ ਬੱਚਾ, ਉਦੋਂ ਤੋਂ ਹੀ ਆਪਣੇ ਕੋਲ ਬੱਚੇ ਤੋਂ ਹੀ ਪਰਫਾਰਮੈਂਸ ਦਿੰਦਾ ਹੋਇਆ। ਅਤੇ ਹੁਣ ਜੋੜਿਆਂ 'ਚ ਪਾ ਤਾ? ਹੁਣ ਜੋੜਿਆਂ 'ਚ ਐਨ ਦੀ ਮੱਦ ਹੈ, ਐਨ ਦੀ ਮੱਦ। ਲਓ ਜੀ, ਮੈਂ ਇਹ ਬਹਾਨਾ, ਤੁਸੀਂ ਅਗਲਾ ਕਬੂਤਰ ਫੜ ਕੇ ਲਿਆਓ ਜ਼ਰਾ। ਲਓ ਜੀ ਦੋਸਤੋ, ਇਹ ਉਸ ਕਬੂਤਰ ਦੀ ਮਾਦਾ ਹੈ, ਔਰ ਤੁਸੀਂ ਅਗਰ ਇਹਨਾਂ ਨੂੰ ਛੱਡ ਕੇ ਵੇਖੋ ਤਾਂ ਇਹ ਮਿੱਸੇ ਕਬੂਤਰ ਨੇ ਨਾ, ਜਿਹੜੇ ਚੱਪੜੇ ਟੈਪ ਲੱਗਦੇ ਨੇ। ਮਿੱਸੇ ਇਹਨਾਂ ਅੱਖਾਂ 'ਚ ਹੀ ਸੀ, ਮਿੱਸੇ ਪਿਓਰ ਵਾਈਟ ਅੱਖਾਂ 'ਚ ਵੀ ਹੈ ਸੀ, ਇਹ ਗੁਲਾਬੀ ਅੱਖਾਂ 'ਚ ਵੀ, ਡੋਰੇ ਵਾਲੀ ਅੱਖਾਂ 'ਚ ਵੀ ਹੈ ਸੀ। ਮਿਸਤਰੀਆਂ ਦੇ ਕਬੂਤਰ ਨੇ, ਔਰ ਟੈਡੀਆਂ ਦੇ ਪਿੱਛੇ ਵੀ ਇਹੀ ਖੜ੍ਹੇ ਨੇ। ਮੇਰੇ ਤਾਂ ਬਹੁਤ ਹੀ ਫੇਵਰੇਟ ਕਬੂਤਰ ਨੇ, ਮਾਸ਼ਾਅੱਲਾ, ਮੈਨੂੰ ਬਹੁਤ ਜ਼ਿਆਦਾ ਪਸੰਦ ਨੇ। ਔਰ ਮਾਦੀ ਵੀ ਬਹੁਤ ਹੀ ਸ਼ਾਨਦਾਰ ਹੈਗੀ, ਬਹੁਤ ਹੀ ਐਂਟੀਕ ਮਾਦੀ ਹੈਗੀ। ਪਰ ਚੈੱਕ ਕਰੋ, ਪਰ ਦੇ ਉੱਤੇ ਪਰ ਚੜਿਆ, ਚੋ ਅਲੱਗ ਨੇ, ਪਰ ਵੀ ਝਾੜੇ ਹੋਏ ਨੇ। ਬੜੀ ਤੇਜ਼ ਤਰਾਰ ਮਾਦੀ ਹੈਗੀ, ਇਹ ਟੇਲ ਹੈਗੀ, ਮਾਸ਼ਾਅੱਲਾ ਜੀ। ਥੱਲੋਂ ਵੇਖੋ ਪੂਰੇ ਵਾਈਟ ਹੁੰਦੇ ਨੇ,
ਸੀਨੇ ਤੇ ਰੱਖਾ ਲਏ। ਵਾਹ ਹਾਂਜੀ ਸਰ, ਨੈਕਸਟ ਚਪੜਾ ਕਬੂਤਰ ਮਾਸ਼ਾਅੱਲਾ, ਔਰ ਇਹ ਸਾਡੇ ਪਰਫਾਰਮਰ ਕਬੂਤਰ ਨੇ, ਅੱਲਾਹ ਦੇ ਫਜ਼ਲ ਨਾਲ ਇਸ ਕਬੂਤਰ ਨੇ ਬਹੁਤ ਬੱਚੇ ਉਡਾਏ ਨੇ, ਅਤੇ ਕਮ ਕਮ ਸਾਨੂੰ ਤਾਂ ਇਹਨਾਂ ਤੋਂ ਬਾਹਰ ਕਬੂਤਰ ਜ਼ਿਆਦਾ ਪਸੰਦ ਹੈ ਹੀ ਨਹੀਂ। ਚਪੜਿਆਂ ਤੋਂ ਬਾਅਦ ਚਪੜਿਆ ਅਤੇ ਲਾਲ ਪਰੀ ਕਬੂਤਰ ਨੇ ਜਿਹੜੇ ਸਾਡੇ ਵਾਸਤੇ ਇਹਨਾਂ ਕਬੂਤਰਾਂ ਦੇ ਉੱਤੇ ਹੈ, ਉਹਦੀ ਵਜ੍ਹਾ ਜਿਹਨੇ ਤੁਹਾਡੇ ਕੋਲ ਪਰਫਾਰਮੈਂਸ ਦਿੱਤੀ ਹੈ, ਜਿਹੜੇ ਕਬੂਤਰ ਨੂੰ ਤੁਸੀਂ ਉਡਾ ਕੇ ਚੈੱਕ ਕੀਤਾ, ਅਸੀਂ ਟੈਡੀਆਂ ਤੋਂ ਵੀ ਬੜੇ ਪੈਸੇ ਭਰੇ ਨੇ, ਟੈਡੀ ਲਿਆ ਕੇ ਵੀ ਰੱਖੇ ਨੇ, ਲੇਕਿਨ ਸਿਰਫ ਸਾਨੂੰ ਜਿੰਨਾ ਮਜ਼ਾ ਇਹਨਾਂ ਕਬੂਤਰਾਂ ਦੀਆਂ ਪਰਿਵਾਰਾਂ ਨੇ ਦਿੱਤਾ ਹੈ ਨਾ, ਸਾਨੂੰ ਟੈਡੀਆਂ ਨੇ ਨਹੀਂ ਦਿੱਤਾ। ਟੈਡੀਆਂ ਨੇ ਨਹੀਂ ਦਿੱਤਾ? ਹਾਂਜੀ, ਇਹ ਕਬੂਤਰ ਦੇ ਨਾਲ ਇੱਕ ਪੱਠੀ ਲਾਈ ਸੀ ਲਾਲ, ਉਹਦਾ ਬੱਚਾ ਭਜਰਬਾਜ਼ 2 ਦਿਨ ਰਾਤ 8:15 ਜੇਠ ਦੇ ਦਿਨ ਸੀ, 8:15 2 ਦਿਨ ਦਿਸ ਕੇ ਰਾਤ ਰਹਿ ਕੇ ਸੁਬਹਾ 10 ਵਜੇ ਆਉਂਦਾ। ਬਾਜ਼ੀਆਂ ਦੇ ਵਿੱਚ? ਬਾਜ਼ੀ ਦੇ ਵਿੱਚ ਨਹੀਂ, ਵੈਸੇ ਆਮ ਫੜਕਾਂ ਦੇ ਵਿੱਚ, ਜਦੋਂ ਬਾਜ਼ੀ ਵਿਸਾਖ ਦਾ ਸੀਜ਼ਨ ਆਇਆ ਉਹਨਾਂ ਨੂੰ ਪੁੱਟ ਕੇ ਤਿਆਰ ਕਰਨਾ ਸੀ, ਅਤੇ ਜਿੱਦਣ ਪੁਟਾਈ ਦੇਣੀ ਸੀ ਉੱਦਣ ਹੀ ਵੇਖਿਆ ਕਬੂਤਰਾਂ 'ਚ ਵਾਇਰਸ ਆ ਗਿਆ, ਇਸ ਕਰਕੇ ਫਿਰ ਵਿਸਾਖ ਦਾ ਸ਼ੌਕ ਅਸੀਂ ਨਹੀਂ ਕਰ ਸਕੇ, ਲਿਆਜ਼ਾ ਇਨਸ਼ਾਅੱਲਾ ਤਾਂ ਲੱਗ ਗਿਆ, ਅੱਲਾਹ ਦੇ ਫਜ਼ਲ ਨਾਲ ਆਪਾਂ ਸ਼ੌਕ ਵੀ ਕਰਾਂਗੇ। ਮੇਨ ਫੋਕਸ ਤੁਹਾਡਾ ਇਸ ਛੱਤ 'ਤੇ ਕਿ ਉਸਤਾਦ ਵਾਲੀ ਛੱਤ 'ਤੇ? ਦੋਨਾਂ ਛੱਤਾਂ, ਦੋਨਾਂ ਛੱਤਾਂ 'ਤੇ ਕੰਮ? ਹਾਂਜੀ, ਦੋਵਾਂ ਪਾਸੋਂ ਕੰਮ ਪਾ ਦੇਣਾ ਇਨਸ਼ਾਅੱਲਾ ਤਾਲਾ। ਜਿਹੜੀ ਜਗ੍ਹਾ ਅਸੀਂ ਲੈ ਕੇ ਬਣਾ ਰਹੇ ਹਾਂ ਛੱਤ, ਉਮੀਦ ਅੱਲਾਹ ਦੇ ਫਜ਼ਲ ਨਾਲ ਆਉਂਦੇ ਵਿਸਾਖ ਤੱਕ ਬਣ ਜਾਏਗੀ, ਅਤੇ ਫਿਰ ਮੇਨ ਸ਼ੌਕ ਉਸਤਾਦ ਹੁਰੀ ਵੀ ਅਤੇ ਆਪਣੇ ਜਿੰਨੇ ਦੋਸਤ ਅਹਿਬਾਬ ਨੇ, ਵਿਕਾਸ ਬੱਟ ਆਪਣਾ ਦੋਸਤ ਬਾਹਰ ਦੁਬਈ ਹੁੰਦੇ ਨੇ, ਉਹ ਵੀ ਇਨਸ਼ਾਅੱਲਾ ਤਾਲਾ ਆ ਜਾਣਗੇ, ਫਿਰ ਮੇਨ ਸ਼ੌਕ ਅਸੀਂ ਉੱਥੋਂ ਲਾਹੌਰ ਲੈਵਲ 'ਤੇ ਕਰਾਂਗੇ ਅੱਲਾਹ ਦੇ ਫਜ਼ਲ, ਬਾਕੀ ਤਾਂ ਅੱਲਾਹ ਦੀ ਮਰਜ਼ੀ ਨਾਲ ਹੋਣਾ ਜੋ। ਲੋ ਜੀ ਦੋਸਤੋ, ਉਸਤਾਦ ਡਾਕਟਰ ਜੁਵੇਦ ਸਾਹਿਬ ਦੱਸ ਰਹੇ ਨੇ ਸਾਡੇ ਮੋਸਟ ਫੇਵਰੇਟ ਕਬੂਤਰ ਨੇ, ਔਰ ਇਹਨਾਂ ਕਬੂਤਰਾਂ ਦੀ ਮੈਂ ਇੱਕ ਖਾਸ ਚੀਜ਼ ਤੁਹਾਨੂੰ ਦੱਸਾਂ ਕਿ ਇਹ ਜਿੰਨੇ ਵੱਡੇ ਵਜੂਦ ਦੇ ਹੈਗੇ ਨੇ ਇਹਨਾਂ ਕਬੂਤਰ, ਇਹ ਵੇਟਲੈਸ ਨੇ, ਇਹਨਾਂ ਦੀ ਹੱਡੀਆਂ ਛੋਟੀਆਂ ਜੇ। ਇਹ ਗੱਲ ਮੈਂ ਤੁਹਾਡੇ ਨਾਲ ਪਹਿਲੇ ਵੀ ਕੀਤੀ ਸੀ, ਯਾਦ ਹੈ ਜਦੋਂ ਫਹੀਮ ਖਾਨ ਸਾਹਿਬ ਵੱਲ ਬੈਠੇ ਸੀ, ਮੈਂ ਕਿਹਾ ਤੁਹਾਡੇ ਚੱਪੜੇ ਜਿਹੜੇ ਨੇ ਉਹ ਲੱਗਦੇ ਵੱਡੇ ਨੇ ਲੇਕਿਨ ਉਹਨਾਂ ਦੀ ਹੱਡੀਆਂ ਛੋਟੀਆਂ, ਔਰ ਤੇਜ਼ ਤਰਾਰ ਵੀ ਬੜੇ ਹੈਗੇ ਨੇ, ਜਿਸਮ ਦੇ ਹਿਸਾਬ ਨਾਲ ਹੱਡੀ ਉਨੀ ਨਹੀਂ ਹੈਗੀ। ਇਹ ਕਬੂਤਰ ਦਾ ਹੁਣ ਤੁਸੀਂ ਜਿਸਾਮਤ ਵੇਖ ਲਓ ਅਤੇ ਇਹਦਾ ਪੱਠਾ ਹੈ, ਤੁਸੀਂ ਹੱਥ 'ਚ ਤੁਹਾਡੇ 'ਚ ਆਏਗਾ ਤੁਹਾਨੂੰ ਮਜ਼ਾ ਆਏਗਾ ਵੀ ਕਬੂਤਰ ਹੱਥ 'ਚ ਆਇਆ। ਕਿਆ ਬਾਤ ਹੈ ਯਾਰ, ਬਹੁਤ ਅੱਛਾ ਕਬੂਤਰ ਹੈਗਾ, ਥੋੜ੍ਹਾ ਜਿਹਾ ਤੇਜ਼ ਮਜ਼ਾਜ ਦਾ ਹੈਗਾ ਲੇਕਿਨ ਹੈ ਬਹੁਤ ਅੱਛਾ, ਔਰ ਉਹ ਲੱਕੜੀਆਂ ਵੀ ਝਾੜ ਕੇ ਲੈ ਕੇ ਆ ਰਿਹਾ, ਵੇਖਿਆ ਨਾ ਗੜਬੜ ਕਰ ਰਿਹਾ ਅੱਜ, ਲੇਕਿਨ ਬਹੁਤ ਅੱਛਾ ਕਬੂਤਰ ਹੈਗਾ, ਪੱਕੇ ਪੰਜਿਆਂ ਦੇ ਕਬੂਤਰ ਹੈਗੇ ਨੇ। ਪੰਜਿਆਂ ਦੇ ਬਾਰੇ ਤੁਹਾਡਾ ਕੀ ਤਾਸੁਰਾਤ ਹੈਗੇ ਨੇ, ਕਿ ਬਾਕੀ ਪੰਜਿਆਂ 'ਚ ਵਾਪਸੀ ਹੈਗੀ? ਪੰਜਿਆਂ ਦੇ ਹਵਾਲੇ ਨਾਲ ਸਾਡਾ ਤਾਸੁਰਾਤ ਭਜਰ ਬਾਦ ਇਹੋ ਹੀ ਹੈ ਵੀ ਕਬੂਤਰ ਜਿਹੜਾ ਪਰਫਾਰਮੈਂਸ ਦਿੰਦਾ ਨਾ, ਉਹਦੇ ਪੰਜੇ ਖੁਦ ਬਖੁਦ ਹੀ ਅੱਛੇ ਹੋਣ, ਅੱਛੇ ਕਹਿ ਕਹਿ ਕੇ ਅੱਛੇ ਕਹੀ ਜਾਣਾ ਉਹ ਕੋਈ ਐਸੀ ਗੱਲ ਨਹੀਂ ਹੈਗੀ, ਲੇਕਿਨ ਜਿਹੜਾ ਕਬੂਤਰ ਤੁਹਾਨੂੰ ਪਰਫਾਰਮੈਂਸ ਦਿੰਦਾ, ਤੁਹਾਡੀ ਛੱਤ ਉਡਾ ਕੇ ਤੁਹਾਨੂੰ ਮਜ਼ਾ ਦਿੰਦਾ, ਤੁਹਾਡਾ ਸ਼ੌਕ ਪੂਰਾ ਕਰਦਾ, ਉਹ ਹੀ ਕਬੂਤਰ ਤੁਹਾਡੇ ਵਾਸਤੇ ਅੱਛੇ, ਉਹਦੇ ਪੰਜੇ ਤੁਸੀਂ ਜਿਸ ਤਰ੍ਹਾਂ ਦੇ ਵੀ ਹੋਣਗੇ ਉਹ ਅੱਛੇ ਲੱਗਣਗੇ, ਉਹ ਅੱਛੇ ਲੱਗਣਗੇ, ਸਹੀ ਗੱਲ ਹੈ। ਲੋ ਇਹ ਦੋਸਤੋ ਕਬੂਤਰ ਦਾ ਪੱਠਾ ਹੈ, ਤੇ ਤੁਹਾਨੂੰ ਵੇਖੋ ਕਬੂਤਰ ਦੇ ਹੱਥ ਪਤਾ ਨਹੀਂ ਲੱਗੇਗਾ ਕਬੂਤਰ ਫੜਿਆ ਕਿ ਨਹੀਂ ਫੜਿਆ, ਜੇ ਇੰਨਾ ਵੇਟ ਲੈਸ ਬੱਚਾ ਹੈ, ਔਰ ਇਹ ਵੀ ਬੱਚਾ ਆਪਣੇ ਕੋਲ ਉੱਡ ਕੇ ਉਡਾ ਕੇ ਇਹਨੂੰ ਰੋਕਿਆ ਹੋਇਆ, ਉਹੀ ਗੱਲ ਆ ਗਈ, ਵਜੂਦ ਵੇਖੋ ਕਿੱਡਾ ਲੰਮਾ ਚੌੜਾ, ਹਾਂਜੀ ਹੱਡੀ ਨਹੀਂ ਉਸ ਹਿਸਾਬ, ਹਾਂਜੀ ਹੱਡੀ ਉਸ ਤੋਂ ਹਿਸਾਬ ਨਹੀਂ ਹੈਗੀ, ਵੇਟ ਲੈਸ। ਅਗਰ ਕੋਈ ਇਹਨੂੰ ਮੇਰਾ ਭਰਾ ਫੜ ਕੇ ਵੇਖੇ ਨਾ ਵੀ ਬਾਕੀ ਕੀ ਕਹੀ ਯਾਰ, ਇਹਨੂੰ ਤਾਂ ਥੋੜ੍ਹਾ ਮਾਸ ਹੋਣਾ ਚਾਹੀਦਾ ਜਿੱਡਾ ਲੰਮਾ ਚੌੜਾ ਹੈਗਾ ਨਾ, ਪਰਾਂ ਨਾਲ ਦਰਅਸਲ ਭਰਿਆ ਹੋਇਆ ਨਾ, ਪ੍ਰੇਅਰ ਕਬੂਤਰ ਮਾਸ਼ਾਅੱਲਾ। ਹੁਣ ਤੁਸੀਂ ਨਵਾਂ ਇੱਕ ਲੈ ਉਹ ਜੋੜਾ, ਹੁਣ ਇੱਧਰ ਮੈਂ ਦੋਸਤਾਂ ਨੂੰ ਆਵਾਂਗਾ, ਲੋ ਇਹ ਦੋਸਤੋ ਚੈੱਕ ਕਰੋ ਕਿੱਡਾ ਚੌਕਸ ਕਬੂਤਰ ਹੈਗਾ, ਕਿਆ ਬਾਤ, ਵੇਖ ਲਓ ਯਾਰ ਏਡੀ ਚੌਕਸ ਨਹੀਂ, ਅੱਖਾਂ ਤੁਸੀਂ ਵੇਖ ਲਓ ਸੇਮ ਇੱਕੋ ਜਿਹੀ ਅੱਖਾਂ ਨੇ ਪਿਓ ਪੁੱਤਰਾਂ ਦੀਆਂ, ਕਿਆ ਬਾਤ ਹੈ ਮਾਸ਼ਾਅੱਲਾ ਜੀ, ਪਰ ਵੇਖ ਸਕਦੇ ਤੁਸੀਂ ਪਰ ਉਹੀ ਕੈਟੇਗਰੀ ਦੇ ਨੇ, ਇਹ ਜ਼ਰਾ ਲੇਕਰੀ 'ਚ ਪੂਰਾ ਨਹੀਂ ਪਿਆ ਇਸ ਲੈਂਦੇ ਪਰ ਨਿਕਲ ਬਾਅਦ। ਇਸ ਪੱਠੇ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਹਿਸਟਰੀ ਦੱਸਾਂ, ਬੰਦ ਪਰ ਦਾ ਬੱਚਾ ਸੀ, ਬਾਹਰ ਨਿਕਲ ਗਿਆ ਮੇਰੇ ਕੋਲ ਜਾਲ 'ਚੋਂ, ਔਰ ਉੱਡ ਕੇ
ਉੱਪਰ ਚਲਾ ਗਿਆ। ਨੀਚੇ ਆਇਆ ਕਬੂਤਰ ਨੂੰ ਘਰ ਭੁੱਲ ਗਿਆ ਤੇ ਅੱਗੇ ਪਿੱਛੇ ਬਹਿਣ ਲੱਗ ਪਿਆ ਛੱਤਾਂ ਤੇ। ਸੁਬਾਹ 12 ਵਜੇ ਦੀ ਗੱਲ ਸੀ, ਬੱਚਾ ਘਰ ਨਹੀਂ ਆਇਆ। ਸ਼ਾਮ ਮਗਰਬ ਟਾਈਮ ਜਦੋਂ ਮੈਂ ਛੱਤ ਆਇਆ ਤੇ ਬੱਚਾ ਉਹ ਪਲਾਜ਼ੇ ਸਾਹਮਣੇ, ਸਾਡੇ ਪਲਾਜ਼ਾ ਹੈ, ਪਲਾਜ਼ੇ ਦੀ ਛੱਤ ਤੇ ਬੈਠਾ, ਪਲਾਜ਼ੇ ਛੱਤ ਤੋਂ ਸਿੱਧਾ ਘਰ। ਉਹ ਪਲਾਜ਼ਾ ਵੀ ਉੱਚਾ ਹੈ ਜਿਹੜਾ ਹੈਗਾ। ਹਾਂਜੀ, ਤੇ ਉੱਥੋਂ ਨਿਕਲ ਗਿਆ, ਰੁੱਲ ਗਿਆ। ਹਾਂ, ਰੁੱਲ ਕੇ ਸਾਰਾ ਦਿਨ ਤੇ ਫਿਰ ਘਰ ਆਇਆ ਬੱਚਾ। ਡੈਡੀ ਆਏ ਬਾਏ। ਹਾਂਜੀ ਸਰ, ਇਹਦੇ ਬਾਰੇ ਕੀ ਉੱਡੀ ਹੈ ਤੁਹਾਡੀ? ਨਹੀਂ ਇਹ ਉੱਡੀ ਨਹੀਂ, ਆਪਣੇ ਕੋਲ ਸਿਰਫ ਫੇਅਰ ਵਸ ਲੈਂਦੀ ਹੈ। ਤੇ ਖਰੀਦ ਕੇ ਲਿਆਇਆ? ਵੈਸੇ ਲਿਆਇਆ, ਖਰੀਦ ਕੇ ਲਾਇਆ। ਅੱਛਾ ਅੱਛਾ। ਹਾਂਜੀ ਡਾਕਟਰ ਸਾਹਿਬ, ਅੱਜ ਤੱਕ ਸਭ ਤੋਂ ਮਹਿੰਗਾ ਕਿੰਨਾ ਇਹਦਾ ਖਰੀਦਿਆ ਜੋੜਾ ਕੋਈ ਕਬੂਤਰ? ਬਾਅਦ ਕਬੂਤਰ ਸ਼ੌਕ ਤਾਂ ਸਾਨੂੰ ਹੈ ਹੀ ਸੀ, ਕਬੂਤਰਾਂ 'ਚ ਅਸੀਂ ਜਿੰਨੇ ਪੈਸੇ ਲਾਏ ਨਾ, ਅਸੀਂ ਵੀ 3 ਮਰਲੇ ਦਾ ਪਲਾਟ ਲੈ ਸਕਦੇ ਸੀ। ਕਿਆ ਬਾਤ, ਬਸ ਇੰਨੀ ਹੀ ਗੱਲ ਹੀ ਕਾਫੀ ਹੈ। ਅਤੇ ਬਹਰਹਾਲ ਬਣਨਾ ਨਾ ਬਣਨਾ ਇੱਕ ਲੱਕ ਦੀ ਗੇਮ ਹੈ, ਅਤੇ ਕਬੂਤਰ ਪਰਵਰੀ ਵੀ ਇੱਕ ਲੱਕ ਹੈ ਵੀ ਤੁਹਾਨੂੰ ਕੰਮ ਕਿੱਥੇ ਆਣ ਕੇ ਦਿੰਦੀ ਹੈ, ਕਿੱਥੇ ਆਣ ਕੇ ਨਹੀਂ ਦਿੰਦੀ। ਬਹੁਤ ਸਾਰੇ ਤੁਸੀਂ ਨਦਾਨੀ ਦੇ ਵਿੱਚ ਪੈਸੇ ਭਰਦੇ ਜੇ, ਪੈਸੇ ਉਜਾੜਦੇ ਜੇ, ਅਤੇ ਬਹੁਤ ਦੇਰ ਬਾਅਦ ਤੁਹਾਨੂੰ ਸਮਝ ਲੱਗਦੀ ਹੈ ਵੀ ਇਹ ਕਬੂਤਰ ਚਾਹੀਦੇ ਨੇ, ਇਹ ਕਬੂਤਰ ਨਹੀਂ ਚਾਹੀਦੇ। ਵਾਹ ਵਾਹ ਵਾਹ। ਜੋ ਕੋਈ ਤੁਹਾਨੂੰ ਉਸਤਾਦ, ਕੋਈ ਦੋਸਤ, ਕੋਈ ਤੁਹਾਨੂੰ ਨਹੀਂ ਕਹਿ ਸਕਦਾ, ਨਾ ਤੁਹਾਨੂੰ ਰੋਕ ਸਕਦਾ ਵੀ ਤੁਸੀਂ ਪੈਸੇ ਨਾ ਭਰੋ। ਨਾ ਭਰੋ, ਜਦੋਂ ਤੱਕ ਤੁਹਾਡਾ ਦਿਲ ਨਹੀਂ ਨਾ ਭਰਨਾ, ਤੁਸੀਂ ਉਹਨਾਂ ਚਿਕਰ ਪੈਸੇ ਭਰਦੇ ਰਹਿਣਾ, ਭਰਦੇ ਰਹਿਣਾ। ਜਦੋਂ ਤੁਹਾਡਾ ਦਿਲ ਭਰਨਾ, ਫਿਰ ਤੁਸੀਂ ਪੈਸਿਆਂ ਤੋਂ ਆਖਣਾ ਵੀ ਯਾਰ ਚਲੋ ਇਹ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਤੁਹਾਨੂੰ ਮਿਲ ਜਾਵੇ, ਤਾਂ ਫਿਰ ਤੁਸੀਂ ਆਖਦੇ ਯਾਰ ਚਲੋ ਇਹ ਸਾਨੂੰ ਚਾਹੀਦੀ। ਸਹੀ ਗੱਲ ਹੈ, ਸਹੀ ਗੱਲ ਹੈ, ਬਿਹਤਰੀਨ ਗੱਲ ਕੀਤੀ ਜੀ। ਇਹ ਟੈਡਨ ਮਾਦੀ, ਇਹ ਟੈਡਨ ਮਾਦੀ, ਇਹਦੇ 'ਚ ਲੱਗਦਾ ਜਿਵੇਂ ਕਾਲੇ ਮੂੰਹ ਵਾਲੇ ਕਬੂਤਰ ਨਹੀਂ ਮਿਲੇ? ਇਸ ਤਰ੍ਹਾਂ ਹੀ ਆਈ ਆਪਣੇ ਕੋਲ, ਜੋੜਿਆਂ 'ਚ ਲਾਇਆ ਬੱਚੇ ਦੇ ਬਹੁਤ, ਕਿਉਂਕਿ ਇਹੋ ਜਿਹਾ ਇੱਕ ਕਾਲੇ ਮੂੰਹ ਵਾਲਾ ਕਬੂਤਰ ਮੇਰੇ ਕੋਲ ਆਇਆ ਸੀ, ਮੇਰੇ ਕੋਲ ਤਾਂ ਮਰ ਗਿਆ। ਲਓ ਜੀ ਦੋਸਤੋ, ਜਿਵੇਂ ਲੱਗਦਾ ਕਿ ਕੋਈ ਗੜਬੜੇਸ਼ਨ ਹੋਈ, ਲੇਕਿਨ ਬਾਜ਼ਾਰ 'ਤੇ ਆ ਟੈਡੀ ਟੈਡਨ ਹੀ ਹੈਗੀ। ਕਿਆ ਬਾਤ ਹੈ, ਮਾਸ਼ਾਅੱਲਾ, ਬਹੁਤ ਆਲਾ ਮਾਦੀ ਹੈ। ਵਾਹ ਵਾਹ, ਇਕੱਲੀ ਕਾਫੀ ਹੈ, ਇਕੱਲੀ ਕਾਫੀ ਹੈ। ਇਹਦੇ ਨਾਲ ਦਾ ਨਰ ਵੀ ਫੜਨਾ ਜ਼ਰਾ, ਇਸ ਤੋਂ ਬਾਅਦ ਉਹ ਨਰ ਉਹ ਵਹਾ ਕੇ ਨਾ ਟੈਡੀ ਮਾਰ ਜਿਹੜਾ ਇਹਦੇ ਨਾਲ ਲਾਇਆ। ਅੱਛਾ ਅੱਛਾ, ਲੈ ਆਇਓ। ਕਿਆ ਬਾਤ, ਵਾਹ, ਬਹੁਤ ਹੀ ਜ਼ਿਆਦਾ ਇਹਦੇ ਨਾਲ ਦਾ ਨਰ ਹੈਗਾ। ਹੁਣ 2 ਲਾਲ ਅੱਖਾਂ ਵਾਲੇ ਫੜੀ ਲਿਆਉਣਾ, ਇੱਕੋ ਵੱਡਾ ਜ਼ੀਰਾ ਅਤੇ ਇੱਕੋ ਜਿਹੜਾ ਤੁਹਾਡਾ ਮਾਮਦੀਨ ਕਬੂਤਰ ਹੈ। ਲੋਹੇ ਦੋਸਤੋ, ਇਹਦੇ ਨਾਲ ਦਾ ਨਰ ਹੈ। ਕਿਆ ਬਾਤ, ਵਾਹ 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 ਵਾਹ, ਬੜਾ ਅੱਛਾ ਨਾਲ ਹੈ। ਅਗਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਕਿ ਸਾਨੂੰ ਵੀ ਤਾਂ ਪਤਾ ਲੱਗੇ ਨਾ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਲੋਕ ਪਸੰਦ ਵੀ ਕਰ ਰਹੇ ਹਾਂ ਕਿ ਐਵੇਂ ਅਸੀਂ ਬਾਅਦ 'ਚ ਵੀ ਮਿਹਨਤ ਕਰੀ ਜਾ ਰਹੇ ਹਾਂ। ਮਿਹਨਤ ਅਜਰ ਤਾਂ ਮਿਲਣਾ ਚਾਹੀਦਾ। ਹਾਂ, ਕਮੈਂਟਸ ਤਾਂ ਚਲੋ ਲੋਕਾਂ ਦੋਸਤਾਂ ਨੂੰ ਕਰਨਾ ਹੀ ਚਾਹੀਦਾ। ਯਾਦ ਹੋਏ ਨਾ, ਅਸੀਂ ਰਿਪਲਾਈ ਨਾ ਕਰਦੇ, ਅਸੀਂ ਤਾਂ ਰਿਪਲਾਈ ਵੀ ਕਰਦੇ, ਨੈਗੇਟਿਵ ਕਮੈਂਟ ਤਾਂ ਨਹੀਂ ਬਿਲਕੁਲ ਵੀ ਕਰਦੇ। ਲੋਕਾਂ ਨੇ ਕਹਿਣਾ ਫਿਰ ਚਿੜ ਗਿਆ, ਅਤੇ ਅਸੀਂ ਜਿਹੜਾ ਨਾ ਜਿਹੜੇ ਪੋਜ਼ਿਟਿਵ ਕਮੈਂਟਸ ਹੋਣ ਉਹਨਾਂ ਦਾ ਜ਼ਰੂਰ ਕਰੀਦਾ। ਨੈਗੇਟਿਵ ਕਰੋਗੇ ਤਾਂ ਮੈਂ ਵਾਕਈ ਨਹੀਂ ਰਿਪਲਾਈ ਕਰਾਂਗਾ। ਅੱਛਾ ਸਰ, ਨੈਗੇਟਿਵ ਦਾ ਜਵਾਬ ਤਾਂ ਯਾਦ ਨੈਗੇਟਿਵ ਦਿਓਗੇ ਤਾਂ ਫਿਰ ਉਹਦਾ ਘਰ ਪੂਰਾ ਹੋਏਗਾ। ਇਹਨਾਂ ਨੂੰ ਬਿਹਤਰ ਖਾਮੋਸ਼ੀ, ਖਾਮੋਸ਼ੀ ਬਿਹਤਰ ਹੈ। ਲੋ ਜੀ, ਮੈਨੂੰ ਬਹੁਤ ਪਿਛਲੀ ਦਫ਼ਾ ਵੀ ਮੈਂ ਜਦੋਂ ਆਇਆ ਸੀ ਮੈਨੂੰ ਬਹੁਤ ਪਸੰਦ ਆਇਆ। ਕੀ ਕਹਿਆ, ਬਹੁਤ ਪਰਫਾਰਮਰ ਕਬੂਤਰ ਹੈ ਇਹਨੇ ਪਿਛਲੇ, ਇਸ ਤੋਂ ਪਿਛਲੇ ਸਾਲ ਦੇ ਵਿੱਚ ਇਹਨੇ 3 ਬੱਚੇ ਬਾਜ਼ੀਆਂ ਵਿੱਚ ਆਏ ਸੀ। ਚੈਨਕ ਉਹਨਾਂ ਦਾ ਨਾਂ ਸੀ, ਚੈਨਕ। ਹਾਂਜੀ, ਚਾਰਲੀ ਚੈਨਕ। ਹਾਂਜੀ, ਅਤੇ ਕਿਉਂਕਿ ਉਹਨਾਂ ਦਾ ਜਿਹੜਾ ਕਲੋਥ ਸੀ ਨਾ ਚੈਨਕ ਵਰਗੀ ਸੀ, ਅਤੇ ਇੱਕ ਮੇਰੇ ਉਸਤਾਦ ਇੱਥੇ ਆਇਆ ਤਾਂ ਕਹਿੰਦੇ ਯਾਰ ਇਹ ਕਿ ਚੈਨਕ ਜੀ, ਅਤੇ ਉਹ ਫਿਰ ਬੈਡ ਲੱਕ ਹੋ ਗਈ, ਕਬੂਤਰ ਸਾਡੇ ਨਹੀਂ ਬੈਠ ਸਕੇ। ਚਾਰ ਚੌਥਾ ਕਬੂਤਰ ਸਾਡਾ ਬੈਠਾ 2:30 ਵਜੇ, ਅਤੇ ਬਾਕੀ 3 ਕਬੂਤਰ ਨਹੀਂ ਬੈਠ ਸਕੇ। ਇੱਥੇ ਬਹੁਤ ਅੱਛੀ ਪੋਜੀਸ਼ਨ ਸੀ ਉਸ ਸਾਲ ਦੇ ਕੱਪ ਵਿੱਚ, ਅਤੇ ਇਹਦੇ ਹੀ ਬੱਚੇ ਸੀ। ਉਹ ਇਹਦੇ ਬੱਚੇ ਸੀ। ਇਹ ਏਜ ਦਾ ਵਾਹਵਾ ਹੋ ਗਿਆ,
ਕਿੰਨੀ ਕੁ ਹੋਏ? 10-12 ਸਾਲ ਤੱਕ ਆਪ ਵੀ ਜ਼ਿਆਦਾ ਇੱਥੇ ਇੱਥੇ ਹੀ ਉੱਡੇ ਆ ਨਾ। ਹਾਂਜੀ, ਪਹਿਲਾਂ ਤੁਸੀਂ ਦੱਸ ਰਹੇ ਜ਼ੀਰਾ ਹੈਗਾ ਸੀ, ਫਿਰ ਹੁਣ ਇਹੋ ਜਿਹਾ ਗੂੜਾ ਜਾਲਦਾਰ ਟੈਪ ਬਣ ਗਿਆ। ਜ਼ੀਰੇ ਲੋਕਾਂ ਨੂੰ ਨਹੀਂ ਪਸੰਦ, ਲੇਕਿਨ ਮੈਨੂੰ ਬਹੁਤ ਪਸੰਦ ਹੈ। ਅਸਲ 'ਚ ਭਾਈ ਜਾਨ, ਤੁਸੀਂ ਜਿੰਨਾ ਵੀ ਬੈਗ ਜਾਓਗੇ, ਹੁਣ ਟੈਰੀ ਕਬੂਤਰ ਜ਼ੀਰੇ ਕੱਢਦੇ ਨੇ, ਕਿਉਂ ਕੱਢਦੇ ਨੇ? ਉਹਨਾਂ 'ਚ ਟੈਰੀ ਕਬੂਤਰ ਦਾ ਜ਼ੀਰਿਆਂ ਦਾ ਪਰ ਹੈ ਤਾਂ ਕੱਢਦੇ ਨੇ। ਹਾਂਜੀ, ਸਹੀ ਗੱਲ। ਸਾਡੇ ਕੋਲ ਆਪਣੇ ਕੋਲ ਟੈਰੀ ਕਬੂਤਰ ਸੀ, ਜ਼ੀਰੇ ਬੱਚੇ ਕੱਢਦੇ ਸੀ, ਹੁਣ ਆਮ ਬੰਦਾ ਦੇਖ ਕੇ ਹੈਰਾਨ। ਲੇਕਿਨ ਬਾਅਦ 'ਚ ਕਲਸੀਰੇ ਕੁਲਦੁੰਬੇ ਬਣ ਜਾਂਦੇ ਸੀ। ਮਹਿਰਾਂ ਵਾਲੇ ਕਬੂਤਰ ਜ਼ੀਰੇ ਕੱਢਦੇ ਨੇ। ਹਾਂਜੀ, ਉਹਨਾਂ ਵਾਲੇ ਤਾਂ ਸਾਰੇ ਕਬੂਤਰ ਜ਼ੀਰੇ ਕੱਢਦੇ ਨੇ। ਉਹਨਾਂ ਦੇ ਲਾਲ ਅੱਖਾਂ ਵਾਲੇ ਵੀ ਨੇ, ਉਹ ਵੀ ਜ਼ੀਰੇ ਕੱਢਣਗੇ। ਕਿਆ ਬਾਤ ਹੈ ਯਾਰ, ਕੈਸਾ ਸੀਨ ਕਬੂਤਰ ਹੈਗਾ, ਵਾਹ। ਹਾਂਜੀ ਸਰ, ਗਿਫਟ ਆਇਆ, ਇਹ ਬੁੱਤ ਪਾ ਰਿਹਾ ਕਿ ਨਹੀਂ? ਬੁੱਤ ਪਾ ਰਿਹਾ, ਇਨਸ਼ਾਅੱਲਾ ਮਾਦੀ ਇਹਦੇ ਨਾਲ ਲੱਗੀ ਹੋਈ। ਮੈਂ ਇੱਕ ਉਸਤਾਦ ਨੂੰ ਮਿਲਿਆ, ਮੈਨੂੰ ਕਹਿੰਦਾ ਇਮਾਮ ਦਿਨ ਜਿਹੜਾ ਵੀ ਹੋਏਗਾ ਨਾ, ਉਹ ਬੁੱਤ ਨਹੀਂ ਪਾਉਂਦਾ। ਮੈਂ ਇਸ ਲਈ ਪੁੱਛਿਆ ਤੁਹਾਨੂੰ, ਮੈਂ ਤੁਹਾਨੂੰ ਇਸ ਲਈ ਪੁੱਛਿਆ। ਵਾਹ 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 ਵਾਹ, ਲੋ ਜੀ ਦੋਸਤੋ, ਕੈਸਾ ਕਮਾਲ, ਕੈਸਾ ਕਮਾਲ ਕਬੂਤਰ ਹੈਗਾ, ਵਾਹ 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 ਵਾਹ। ਇਹੋ ਜਿਹੇ ਕਬੂਤਰ ਮੁਸ਼ਕਿਲ ਨਾਲ ਹੀ ਵੇਖਣ ਨੂੰ ਮਿਲਦੇ ਨੇ। ਹਲੇ ਰੁਲਿਆ ਆ, ਹਲੇ ਪਰ ਵੀ ਇਹਦੇ ਨਾ ਆਉਣਗੇ, ਤੇ ਕਬੂਤਰ ਜਦੋਂ ਇਹਦੇ ਪਰ ਪੂਰੇ ਆਉਣਗੇ ਨਾ, ਕਬੂਤਰ ਬੜਾ ਚੰਗਾ ਬਣੇਗਾ। ਇਹ ਤੋਂ ਪਰੀਆਂ ਪੂਰੀਆਂ ਝਾੜ ਕੇ ਲਿਆਏਗਾ ਨਾ, ਬੁਲਾ ਹੀ ਬਣੇਗਾ। ਹਲੇ ਤਾਂ ਗੰਦਾ ਗੁੰਦਾ ਹੋਇਆ ਹੋਇਆ ਨਾ, ਪੱਕੇ ਪੈਰਾਂ ਦਾ ਕਬੂਤਰ ਹੈਗਾ। ਬਹੁਤ ਆਲਾ, ਬਹੁਤ ਹੀ ਆਲਾ। ਕਾਲੇ ਆਏ ਰਹੇ, ਬਲੈਕ ਹੋਰਸ ਆਏ। ਲੋ ਜੀ ਦੋਸਤੋ, ਇਹ ਬਲੈਕ ਹੋਰਸ ਔਰ ਫਾਈਨਲ ਪਰਿੰਦੇ ਹੈਗੇ ਨੇ। ਫਾਈਨਲ ਫਾਈਨਲ ਪਰਿੰਦੇ ਮੇਰੇ ਹਿਸਾਬ ਨਾਲ ਹੈਗੇ, ਬਹੁਤ ਅੱਛੇ ਪਰਿੰਦੇ ਹੈਗੇ। ਮਾਦਾ ਹੈਗੀ ਨਾ, ਇਹ ਨਾਰੇ ਦੋਵੇਂ ਇੱਕੋ ਜਿਹੇ ਹੈਗੇ ਨੇ, ਇਹਨਾਂ ਦਾ ਪਤਾ ਵੀ ਨਹੀਂ ਲੱਗਦਾ। ਕਿਆ ਬਾਤ ਹੈ, ਮਾਸ਼ਾ ਅੱਲਾਹ। ਸਾਡੇ ਕੋਲ ਇੱਕ ਕਬੂਤਰ ਸੀ ਭਜਰ ਬਾਦ, ਫੌਜੀ ਕਬੂਤਰ, ਫੌਜੀ ਬਲੈਕ, ਬਿਲਕੁਲ ਬਲੈਕ। ਇਹ ਸਮਝ ਲਓ ਉਹਦੀ ਯਾਦ ਦੇ ਵਿੱਚ ਅਸੀਂ ਜੋੜਾ ਰੱਖਿਆ, ਜੋੜਾ ਬਣਾਇਆ, ਅੱਲਾਹ ਕਰੇ ਕਾਮਯਾਬ ਹੋਈ। ਹਾਂਜੀ, ਉਸ ਕਬੂਤਰ ਦਾ ਸਾਨੂੰ ਬਹੁਤ ਪਿਆਰ ਸੀ, ਅਤੇ ਅਸੀਂ ਜ਼ਾਤ ਕਾਲੇ ਫਿਰ ਇਸੇ ਕਰਕੇ ਬੜੀ ਦੂਰੋਂ ਹੋਣਾ। ਤੁਸੀਂ ਦੱਸ ਰਹੇ ਪੌੜੀਆਂ ਥੱਲੇ ਵੜ ਜਾਂਦਾ ਹੁੰਦਾ? ਹਾਂ, ਪੌੜੀਆਂ ਥੱਲੇ ਵੜ ਜਾਂਦਾ ਸੀ, ਅਤੇ ਇਹ ਤਾਂ ਫਿਰ ਸਪੈਸ਼ਲ ਅਸੀਂ ਸਮਝ ਲਓ ਉਹਦੇ ਉਹਦੀ ਯਾਦ 'ਚ ਇਹ ਜੋੜਾ ਰੱਖਿਆ। ਅਤੇ ਉਮੀਦ ਵੀ ਅੱਲਾਹ ਦੇ ਘਰ 'ਚ ਇਨਸ਼ਾਅੱਲਾ ਪਰਫੋਰਮੈਂਸ ਕਰੇਗਾ। ਇਹ ਮਾਦਾ ਮੈਂ ਲਿਆ ਕੇ ਜਦੋਂ ਛੱਡੀ ਨਾ, 6 ਮਹੀਨੇ ਤੱਕ ਪਤਾ ਨਹੀਂ ਲੱਗਾ ਨਾਰੇ ਕਿ ਮਾਦਾ ਹੈ। ਆਹੋ, ਦੋਵੇਂ ਇੱਕੋ ਜਿਹੇ ਹੈਗੇ ਨੇ, ਬੋਲੀ ਨਹੀਂ ਗੀ ਨਾ, ਨਰ ਮਹਿਸੂਸ ਹੋਵੇ ਨਾ ਮਾਦੀ ਮਹਿਸੂਸ ਹੋਵੇ, ਤਾਂ ਖਾ ਕੇ ਇਹਨੇ ਬੈਠ ਜਾਣਾ। ਅਤੇ ਇਹ ਫਿਰ 6 ਮਹੀਨੇ ਬਾਅਦ ਥੋੜ੍ਹਾ ਜਿਹਾ ਇੱਕ ਦਿਨ ਮਸਤੀ 'ਚ ਆਈ, ਅਤੇ ਫਿਰ ਮੈਨੂੰ ਥੋੜ੍ਹਾ ਅੰਦਾਜ਼ਾ ਹੋਇਆ, ਤੁਹਾਨੂੰ ਸ਼ੱਕ ਹੋਇਆ? ਹਾਂਜੀ, ਵੀ ਇਹ ਮਾਦਾ ਹੈ। ਅਤੇ ਪਹਿਲੇ ਤਾਂ ਮੈਂ ਵੈਸੇ ਇਹਨੂੰ ਕਬੂਤਰ ਹੀ ਸਮਝਦਾ ਰਿਹਾ, ਲੇਕਿਨ ਫਿਰ ਉਸ ਤੋਂ ਬਾਅਦ ਇਹਦੇ ਬੱਚੇ ਇਸ ਟਾਈਮ ਪਟਾਈ 'ਚ ਵਿੱਚ ਹੈ ਨੇ, 2 ਅਸੂ ਦੇ ਵਿੱਚ ਇਨਸ਼ਾਅੱਲਾ ਪਰਫੋਰਮ ਕਰਨਗੇ ਇਨਸ਼ਾਅੱਲਾ ਜੀ, ਇਨਸ਼ਾਅੱਲਾ। ਲੋ ਜੀ ਦੋਸਤੋ, ਫਾਈਨਲ ਮਾਦਾ ਜੇ ਮੇਰਾ ਨਰਾਂ ਵਰਗੀ ਮਾਦੀ ਹੈਗੀ। ਅਕਸਰ ਲੋਕ ਕਹਿੰਦੇ ਛੋਟੀ ਮਾਦਾ ਹੋਣਾ ਚਾਹੀਦੀ ਹੈ, ਲੇਕਿਨ ਇੱਥੇ ਇਹ ਉਲਟੀ ਕੰਮ ਹੈਗਾ। ਇਹ ਨਰ ਜਿੰਨੀ ਮਾਦੀ ਹੈਗੀ, ਲੇਕਿਨ ਹੈ ਬੜੀ ਮਜ਼ਬੂਤ, ਹੱਡੀ ਜੋੜ ਵੀ ਮਜ਼ਬੂਤ ਹੈ, ਉਸ ਤਰ੍ਹਾਂ ਵੀ ਅੱਛੀ ਹੈਗੀ। ਅੱਖ ਵੇਖੋ, ਅੱਖ ਵੇਖੋ, ਪਰ ਚੈੱਕ ਕਰੋ, ਕੈਸੇ ਟ੍ਰੇਲ ਨਾਲ ਪਰ ਲੱਗੇ ਆ ਰਹੇ, ਆਖਰੀ 3 ਪਰ ਇੱਕੋ ਜਿਹੇ, ਟੇਲ ਬੰਦ, ਬੰਦ ਟੇਲ,
جی یہ لے بھی سننی ہے ہاں جی سر اے سر سارے کپتان بچے نے کدومبا سا کبوتر اٹیک لگتا ہے ان کی کھڑت بھی بڑی اچھی کھڑت بہت اچھی ہے فی الحال تو دو دفعہ رات رہ کے بچہ آ گیا اپنے کو واپس ان شاء اللہ تعالیٰ کے تھا لو جی دوستو تہانوں آخری بچہ بہائیے تہانوں اندے چ ایک بڑی خاص چیز نظر آئے گی اس بچے چ اور اینوں اے دوسرے کبوتراں تو منفرد ہی چیز کر دی اکھ ویکھ لیتی مورا تسی ویکھ لیتا چہرہ مورا کڈے اچھے چہرے مورے دے بچے ہے اور اے ویکھنا ان دی بغل کڈی وڈی ہے جا کے وہ ملی ہوئی ہے پہلی گلی نا اے ਕਿੱਡੀ ਵੱਡੀ ਬਗਲ ਦੇ ਬੱਚੇ ਆ ਇਹ ਉੱਡੇ ਇਹ ਆਪ ਵੀ ਉੱਡਦਾ ਰਿਹਾ ਤੁਹਾਡੇ ਕੋਲ ਇਹ ਬੱਚਾ ਹਾਂਜੀ ਦੋ ਦਫਾ ਰਾਤ ਰਹਿ ਕੇ ਆਇਆ ਗਿਆ ਆਪਣੇ ਕੋਲ ਤੇ ਬਾ ਹੁਣ ਇਹਨੇ ਕਿੱਥੇ ਜਾਣਾ ਹਾਂਜੀ ਇਨਸ਼ਾ ਅੱਲਾਹ ਤਾਲਾ ਹੈ ਬੱਚੇ ਸਾਗ ਦੇ ਰਾਸਤੇ ਅਗੋ ਸਾਗ ਚ ਇਨਸ਼ਾ ਅੱਲਾਹ ਫਿਰ ਜਾਰੀ ਲੋਈ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਲਾਸਟ ਚ ਕੀ ਪੈਗਾਮ ਦਿੰਦੇ ਕਬੂਤਰ ਬਾਦ ਭਰਾਵਾਂ ਲਈ ਪੈਗਾਮ ਭਜਨ ਬਾਦ ਸਾਡਾ ਇਹੋ ਹੀ ਹੈ ਮੁਹੱਬਤ ਤੇ ਅਮਲ ਤੇ ਦੂਸਰਾ ਚਿੜੀ ਮਾਰੀ ਤੋਂ ਲੋਕ ਦੂਰ ਹੋ ਜਾਣ ਸ਼ੌਕ ਲੋਕਾਂ ਦਾ ਬਹਾਰ ਰੱਖਣ ਕਿਸੇ ਦਾ ਕਬੂਤਰ ਫੜ ਕੇ ਜੇ 5,000 ਹੈ 10,000 ਇੱਕ ਦਿਨ ਤੁਸੀਂ ਦਾਣਾ ਨਹੀਂ ਪਾਇਆ ਤੇ ਤੁਸੀਂ ਉਸ ਕਬੂਤਰ ਦਾ ਮੁੱਲ 10,000 15,000 5,000 ਮੰਗੋ ਇਹ ਕੋਈ ਮੁਨਾਸਿਬ ਗੱਲ ਨਹੀਂ ਹੈਗੀ ਸਹੀ ਗੱਲ ਤੁਸੀਂ ਚਲੋ ਰੱਖੇ ਨੇ ਤੁਸੀਂ ਆਪਣੇ ਸ਼ੌਕ ਦੇ ਮੁਤਾਬਕ 1,000-2,000 ਰੁਪਏ ਮੁਨਾਸਿਬ ਹੱਦ ਤੱਕ ਤੁਸੀਂ ਲੈ ਸਕਦੇ ਜੇ ਲੇਕਿਨ ਇਸ ਤੋਂ ਅੱਗੇ ਜ਼ਿਆਦੀ ਇਸ ਤੋਂ ਅੱਗੇ ਜ਼ਿਆਦੀ ਦਾ ਮੁੱਲ ਜ਼ਿਆਦੀ ਅੱਲਾਹ ਤਾਲਾ ਨੂੰ ਪਸੰਦ ਨਹੀਂ ਹੈ ਲਿਹਾਜ਼ਾ ਅਮਨ ਅਤੇ ਪੈਗਾ ਅਮਨ ਅਤੇ ਪਿਆਰ ਆ ਦੋ ਚੀਜ਼ਾਂ ਨੇ ਅਤੇ ਚਿੜੀ ਮਾਰਾਂ ਵਾਲਾ ਅੱਗੇ ਰਿਕੁਐਸਟ ਹੈ ਕਿ ਜੇ ਕਿਸੇ ਦਾ ਭਾਈ ਦਾ ਪਰਿੰਦਾ ਤੁਹਾਡੇ ਕੋਲ ਆ ਜਾਵੇ ਤਾਂ ਉਹਨੂੰ ਕਮ ਸੇ ਕਮ ਅਗਰ ਤੁਸੀਂ ਪੈਸੇ ਵੀ ਲੈਣੇ ਨੇ ਤਾਂ 1,000-2,000 ਮੁਨਾਸਿਬ ਅਮਾਊਂਟ ਹੈ ਇਹਨੂੰ ਲੈ ਕੇ ਤੁਸੀਂ ਉਹਨੂੰ ਵਾਪਸ ਕਰ ਦਿਓ ਇੱਕ ਦਿਨ ਤੁਸੀਂ ਦਾਣਾ ਪਾਇਆ ਅਤੇ ਤੁਸੀਂ ਉਹਦੇ ਤੋਂ ਕਿੰਨੀ ਉਹਦੇ ਤੋਂ ਰਕਮ ਲੈ ਰਹੇ ਜੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਦਿਲ ਤੋੜਦੇ ਜੇ ਜਦੋਂ ਤੁਸੀਂ ਕਹਿੰਦੇ ਜੀ 15,000 ਦੇ ਦਿਓ 10,000 ਦੇ ਦਿਓ ਇਹ ਕੋਈ ਮੁਨਾਸਿਬ ਗੱਲ ਨਹੀਂ ਹੈ ਅਤੇ ਰਿਕੁਐਸਟ ਹੈ ਸਾਡੀ ਸਾਰੇ ਚਿੜੀ ਮਾਰਾ ਅੱਗੇ ਵੀ ਆਪਣੇ ਆਪ ਨੂੰ ਸਹੀ ਕਰ ਲੈਣ ਨਹੀਂ ਤਾਂ ਫਿਰ ਅੱਲਾਹ ਤਾਂ ਫਿਰ ਵੇਖ ਹੀ ਰਿਹਾ ਅੱਲਾਹ ਤਾਂ ਫਿਰ ਵੇਖ ਹੀ ਰਿਹਾ ਆਹ ਤਾਂ ਉਹਦਾ ਹਿਸਾਬ ਤਾਂ ਫਿਰ ਦੇਣਾ ਹੀ ਪਵੇਗਾ ਸਹੀ ਗੱਲ ਹੈ ਲੋ ਜੀ ਦੋਸਤੋ ਉਮੀਦ ਕਰਨਾ ਅੱਜ ਦੀ ਵੀਡੀਓ ਜਿਹੜੀ ਸ਼ੋਰਟ ਹੀ ਸੀ ਤੁਹਾਨੂੰ ਪਸੰਦ ਆਈ ਹੈਗੀ ਮਿਲਣੇ ਨਵੀਂ ਵੀਡੀਓ 'ਚ ਨੇ ਸ਼ੌਕ ਦੇ ਨਾਲ ਖੁਦਾ ਹਾਫਿਜ਼